ਐਗਜ਼ੋਸਟ ਤੇ ਤੁਸੀਂ ਕਮੈਂਟ ਕਰਕੇ ਦੱਸੋ ਪਵਾਉਣਾ ਚਾਹੀਦਾ ਸਾਨੂੰ ਕਿ ਨਹੀਂ ਪਵਾਉਣਾ ਚਾਹੀਦਾ ਐਗਜ਼ੋਸਟ। ਨਗਰ ਕੀਰਤਨ ਦੀ ਬੋਲ ਤੇ ਆ ਰਹੀਆਂ ਬ੍ਰੋ, ਬਾਏ। ਤੇ ਹੁਣ ਆਪਾਂ ਚੱਲੀਏ ਘਰ ਨੂੰ, ਚਲੋ। ਹੈ ਲਓ ਜੀ, ਕੱਢ ਲਈ ਮੋਟਰਸਾਈਕਲ ਬਾਹਰ, ਦੇਖੋ। ਬਾਕੀ ਫਿਊਚਰ ਦੇ ਵਿੱਚ ਪਲੈਨ ਹੈ, ਸਾਰੀ ਜਗ੍ਹਾ ਨੂੰ ਆਪਾਂ ਲੈਂਟਰ ਕਰਕੇ ਇੱਕ ਆਰਕੀਟੈਕਚਰ ਕੋਲੋਂ ਨਕਸ਼ਾ ਬਣਾ ਕੇ ਵਧੀਆ ਜਿਹਾ, ਅਤੇ ਫਿਰ ਸਾਰੀ ਕੋਠੀ ਵਧੀਆ ਜਿਹੀ ਬਣਾਵਾਂਗੇ। ਬਾਬਾ ਸੁੱਖ ਰੱਖੇ, ਛੇਤੀ ਟਾਈਮ ਆਏ ਇੱਦਾਂ ਦਾ ਵੀ, ਹੈ ਨਾ। ਹਾਂ, ਸ਼ੋ ਕਰਦਾ ਪਿਆ 1 hour 6 minutes 54 kilometers ਹੈ। ਗੁੱਡ ਮੋਰਨਿੰਗ ਜੀ ਸਾਰਿਆਂ ਨੂੰ, ਵੈਲਕਮ ਹੈ ਤੁਹਾਡਾ ਇੱਕ ਹੋਰ ਨਿਊ ਵਲੋਗ ਦੇ ਵਿੱਚ, ਇੱਕ ਹੋਰ ਕੈਂਟ ਵਲੋਗ ਦੇ ਵਿੱਚ। ਸੋ ਇੰਨੇ ਦਿਨ ਹੋ ਗਏ ਆਪਾਂ ਕੋਈ ਵਲੋਗ ਨਹੀਂ ਬਣਾਇਆ। ਬੀਜੀ ਬਹੁਤ ਸੀ, ਸਫਾਈਆਂ ਸਫੂਈਆਂ ਕੀਤੀਆਂ, ਹੋਰ ਨਿੱਕੇ ਛੋਟੇ ਮੋਟੇ ਕੰਮ ਕੀਤੇ, ਹੈ ਨਾ। ਅਤੇ ਅੱਜ ਬਣਾਉਂਦੇ ਪਏ ਵਲੋਗ। ਅੱਜ ਆਪਾਂ ਜਾਣਾ ਮੋਟਰਸਾਈਕਲ ਦੀ ਸਰਵਿਸ ਕਰਾਉਣ, ਯਾਮੇ ਦੀ ਫਸਟ ਸਰਵਿਸ ਕਰਾਉਣੀ ਅੱਜ। ਅਤੇ ਦਿਖਾਉਣਾ ਤੁਹਾਨੂੰ ਬਾਹਰ, ਉੱਥੇ ਖਿਲਾ ਲਈਏ ਆਪਾਂ। ਅਤੇ ਬਸ ਸਵੇਰ 8 ਵੱਜ ਗਏ ਆ, ਬ੍ਰੇਕਫਾਸਟ ਆਪਾਂ ਕਰ ਲਿਆ ਸਵੇਰ ਦਾ। ਅਤੇ ਮੂੰਹ ਜੀ ਦੇਖੋ, ਧੂੰਆਂ ਨਿਕਲਦਾ ਪਿਆ, ਦੇਖੋ। ਇੱਧਰ ਖਿਲਾਰੀ ਇਹਨੂੰ ਕੱਪੜਾ ਪਾਇਆ ਸੀ, ਉੱਤੋਂ ਹੁਣ ਉਤਾਰਿਆ। ਪੰਜ ਸੌ ਕਿਲੋਮੀਟਰ 'ਤੇ ਹੁੰਦੀ ਫਸਟ ਸਰਵਿਸ, ਅਤੇ ਆਪਾਂ ਇਹਦੇ ਕਿਲੋਮੀਟਰ ਰਨ ਕਰਦੇ ਹਾਂ। ਆਲਮੋਸਟ ਡਬਲ ਤੋਂ ਵੀ ਜ਼ਿਆਦਾ 80 kilometers। ਅਤੇ ਸਰਵਿਸ ਕਰਾਉਣ ਵਾਲੀ ਹੋਈ ਜੀ, ਆਪਾਂ ਸਰਵਿਸ ਕਰਾਉਣੀ ਆ ਜੀ, ਜਾਣਾ ਆਪਾਂ ਕਰਨਾਲ ਸਰਵਿਸ ਕਰਾਉਣੀ ਜੀ, ਅਤੇ ਫਿਰ ਆਪਾਂ ਇਹਨੂੰ ਦਿੱਲੀ ਵੀ ਲੈ ਕੇ ਜਾਣਾ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ, ਆਪਾਂ ਮੋਡੀਫਿਕੇਸ਼ਨ ਕਰਾਈਏ ਕਿ ਨਾ ਕਰਾਈਏ ਐਗਜ਼ੋਸਟ ਦੀ, ਜ਼ਰੂਰ ਕਮੈਂਟ ਕਰਕੇ ਦੱਸਿਓ। ਅਤੇ ਆਪਾਂ ਦਿੱਲੀ ਜਾਣਾ, ਬਸ ਕ੍ਰੈਸ਼ ਗਾਰਡਨ ਮਾਨ ਜਾਣੇ ਇਹਦੇ ਅਗਲਾ ਪਿਛਲਾ। ਅਤੇ ਐਗਜ਼ੋਸਟ 'ਤੇ ਤੁਸੀਂ ਕਮੈਂਟ ਕਰਕੇ ਦੱਸੋ ਪਵਾਉਣਾ ਚਾਹੀਦਾ ਸਾਨੂੰ ਕਿ ਨਹੀਂ ਪਵਾਉਣਾ ਚਾਹੀਦਾ ਐਗਜ਼ੋਸਟ। ਅਤੇ ਉਹਦਾ ਵੀ ਵਲੋਗ ਤੁਹਾਨੂੰ ਛੇਤੀ ਮਿਲੇਗਾ, ਆਈ ਥਿੰਕ ਨੈਕਸਟ ਵਲੋਗ ਉਹਦਾ ਹੀ ਹੋਏਗਾ। ਅਤੇ ਹੁਣ ਬਸ ਰੇਡੀ ਸ਼ੇਡੀ ਹੋਈਏ, ਨਿਕਲੀਏ, 8 ਵੱਜ ਗਏ ਆ, ਬਿਨਾਂ ਕੋਈ ਦੇਰੀ ਨੂੰ ਵਲੋਗ ਕਰੀਏ ਸ਼ੁਰੂ, ਚਲੋ ਲੈਟਸ ਗੋ। ਅਤੇ ਪਿਛਲੇ ਵਲੋਗ 'ਚ ਤੁਸੀਂ ਦੇਖਿਆ ਨਾ, ਇੱਥੇ ਆਪਣਾ ਬਾਰ ਵਿਹੜਾ ਕੱਚਾ ਸੀ ਮਿੱਟੀ ਦਾ, ਅਤੇ ਇੱਥੇ ਵੀ ਆਪਾਂ ਫਰਸ਼ ਪਵਾ ਦਿੱਤਾ, ਹਜੇ ਕੱਲ੍ਹ ਪਰਸੋਂ ਪਾਇਆ ਹੈ, ਹਜੇ ਗਿੱਲਾ ਆ। ਹਾਂ ਦੇਖੋ ਮੋਟਰਸਾਈਕਲ ਦੇ ਟਾਇਰਾਂ ਦੇ ਨਿਸ਼ਾਨ। ਅਤੇ ਗੇਟ ਦਾ ਵੀ ਕੰਮ ਕਰਾਇਆ ਆਪਾਂ, ਗੇਟ ਉੱਚਾ ਕਰਾਇਆ ਪਟਾ ਕੇ। ਇੱਦਾਂ ਹੀ ਲੰਘ ਲੁੰਘ ਗਈਆਂ ਦਿਹਾੜੀਆਂ, ਅੱਜ ਵੀ ਮਿਸਤਰੀ ਲੱਗਣੇ ਆ, ਉਹ ਦੇਖੋ ਖੱਡੇ ਜੇ, ਇੱਥੇ ਵੀ ਉਹਨਾਂ ਨੇ ਅੱਜ ਸੀਮੈਂਟ ਭਰਨਾ। ਇੱਦਾਂ ਹੀ ਲੰਘ ਗਏ, ਅਤੇ ਬੀਜੀ ਬਹੁਤ ਸ਼ਡਿਊਲ। ਅਤੇ ਨਾਲ ਪਿਛਲੇ ਵਲੋਗ 'ਚ ਤੁਸੀਂ ਦੇਖਿਆ ਆਪਾਂ ਸਾਰੀ ਆਪਣੀ ਮੋਟਰਸਾਈਕਲਾਂ ਕੱਢ ਲਈਆਂ ਸੀ ਬਾਹਰ, ਅਤੇ ਉਹਦੇ 'ਚੋਂ ਆਪਣੀ ਐਕਟੀਵਾ ਸਟਾਰਟ ਹੋਈ ਸੀ, ਅਤੇ ਉਹਦੇ 'ਚ ਹਵਾ ਨਹੀਂ ਸੀ, ਆਪਾਂ ਉਹਦੇ 'ਚ ਹਵਾ ਵੀ ਭਰ ਲਈ ਸੀ। ਅਤੇ ਆਪਣੀ ਜਿਹੜੀ ਬੁਲਟ ਸੀ, ਆਪਾਂ ਉਹਨੂੰ ਤੇਲ ਪਾ ਕੇ ਪੈਟਰੋਲ ਪੰਪ ਤੋਂ ਲਾਇਆ ਹੋਇਆ ਸੀ ਤੇਲ, ਮੈਂ ਵਲੋਗ ਨਹੀਂ ਬਣਾਇਆ, ਆਪਾਂ ਛੇਤੀ 'ਚ ਸੀ ਅਤੇ ਵਲੋਗ ਨਹੀਂ ਬਣਾਇਆ। ਅਤੇ ਤੇਲ ਲਾਇਆ ਸੀ ਮੈਂ, ਯਾਮੇ 'ਚ ਵੀ ਪਾਤਾ ਸੀ ਅਤੇ ਬੁਲਟ 'ਚ ਵੀ ਪਾਤਾ, ਪਰ ਯਾਮਾ ਸਟਾਰਟ ਹੋ ਗਈ, ਧੱਕੇ ਨਾਲ ਹੋਈ ਸੀ ਉਹ ਵੀ, ਧੱਕਾ ਮਾਰ ਕੇ। ਅਤੇ ਜਿਹੜੀ ਬੁਲਟ ਸੀ ਉਹ ਧੱਕੇ ਨਾਲ ਵੀ ਨਹੀਂ ਹੋਈ, ਅਤੇ ਉਹਨੂੰ ਬੈਟਰੀ ਤੋਂ ਤਾਰਾਂ ਲਾ ਕੇ ਸਟਾਰਟ ਕੀਤੀ ਆਪਾਂ, ਅਤੇ ਫਿਰ ਉਹਨੂੰ ਲੈ ਗਏ ਆਪਾਂ ਸ਼ਹਿਰ, ਅਤੇ ਉੱਥੇ ਬੈਟਰੀ 'ਚ ਨੁਕਸ ਸੀ, ਆਪਾਂ ਫਿਰ ਉਹਦੀ ਬੈਟਰੀ ਨਵੀਂ ਧਰਾਈ, ਅਤੇ ਹੁਣ ਓਕੇ ਆ। ਮੈਂ ਦੱਸ ਦਿੰਦਾ ਪਿਛਲੇ ਵਲੋਗ 'ਚ ਮੈਂ ਸ਼ੂਟ ਨਹੀਂ ਕੀਤਾ ਸਾਰਾ ਕੁਛ, ਅਤੇ ਹੁਣ ਸਾਰਾ ਕੁਛ ਸੈੱਟ ਆ, ਸਾਰੇ ਸਾਧਨ ਚੱਲਦੇ ਪਏ ਉਹਨਾਂ ਨਾਲ। ਇੱਧਰ ਆ ਮਕਾਨਾਂ ਦੇ ਵਿੱਚ ਮੇਰੀ ਦਾਦੀ ਰਹਿੰਦੀ ਆ, ਦੇਖੋ ਆ ਇੱਧਰ ਪਿਆ ਹੋਇਆ ਸਮਾਨ ਨਾ।
ਇੱਧਰ ਵੀ ਕੁਛ ਬਾਲਕੋਨੀ ਜੀ। ਅਤੇ ਆਪਾਂ ਸ਼ਹਿਰ ਰਹਿੰਦੇ ਸੀ ਤਰਾਵੜੀ, ਜਿਵੇਂ ਤੁਹਾਨੂੰ ਪਿਛਲੇ ਵਲੋਗ ਆਪਾਂ ਦੱਸਿਆ, ਅਤੇ ਆਪਾਂ ਸ਼ਹਿਰ ਰਹਿੰਦੇ ਸੀ ਅਤੇ ਆਪਾਂ ਹੁਣ ਪਿੰਡ ਸ਼ਿਫਟ ਹੋਏ ਹਾਂ। ਅਤੇ ਇੱਧਰ ਆਪ ਮਕਾਨ ਪਾਏ ਆ 2-3 ਕਮਰੇ ਜਿੰਨੇ ਵੀ, ਅਤੇ ਦਾਦੀ ਹਰੀ ਇੱਧਰ ਰਹਿੰਦੇ ਆ, ਇਹ ਆਪਣੇ ਮਕਾਨ ਇੱਧਰ। ਇਹ ਆਪਾਂ ਜਸਟ ਬਾਹਰ ਜਾਂਦੇ ਹਾਂ, ਜਸਟ 2-3 ਮਹੀਨੇ ਛੁੱਟੀ ਆਪਾਂ ਆਉਂਦੇ ਹਾਂ ਇੰਡੀਆ ਹਰ ਸਾਲ ਦੇ ਸਾਲ, ਅਤੇ ਉਹਦੇ ਵਾਸਤੇ ਇੱਕ ਛੋਟਾ ਜਿਹਾ ਬਣਾਇਆ ਆਪਾਂ ਘਰ ਚ। ਸਹੀ ਹੈ ਯਾਰ ਜੋ ਵੀ ਹੈ ਨਾ, ਬਾਕੀ ਫਿਊਚਰ ਦੇ ਵਿੱਚ ਪਲੈਨ ਹੈ ਸਾਰੀ ਜਗ੍ਹਾ ਨੂੰ ਆਪਾਂ ਲੈਂਟਰ ਕਰਕੇ ਇੱਕ ਆਰਕੀਟੈਕਚਰ ਕੋਲੋਂ ਨਕਸ਼ਾ ਬਣਾ ਕੇ ਵਧੀਆ ਜਿਹਾ, ਅਤੇ ਫਿਰ ਸਾਰੀ ਕੋਠੀ ਵਧੀਆ ਜਿਹੀ ਬਣਾਵਾਂਗੇ। ਬਾਬਾ ਸੁੱਖ ਰੱਖੇ, ਛੇਤੀ ਟਾਈਮ ਆਏ ਇੱਦਾਂ ਦਾ ਵੀ ਹੈ ਨਾ। ਲਓ ਜੀ ਹੋ ਗਏ ਰੈਡੀ ਆਪਾਂ, ਦੇਖੋ ਪੈਂਟ ਕਮੀਜ਼ ਪਾਇਆ ਨਾਲ ਬੂਟ ਦੇ ਉੱਤੇ ਜੈਕਟ, ਅਤੇ ਰੈਡੀ ਸ਼ੈਡੀ ਹੋ ਗਏ ਹਾਂ। ਅਤੇ ਬਸ ਹੁਣ ਮੋਟਰਸਾਈਕਲ ਕੱਢੀਏ ਆਪਾਂ, ਮਾਰੀਏ ਕੱਪੜਾ ਉਹਨੂੰ। ਆਪ ਤਾਂ ਚਮਕ ਲਿਆ, ਇਹਨੂੰ ਵੀ ਚਮਕਾਈਏ ਥੋੜ੍ਹਾ ਜਿਹਾ, ਉੱਦਾਂ ਤਾਂ ਸਾਫ਼ ਹੀ, ਬਸ ਕੱਪੜਾ ਮਾਰੀਏ ਇਹਨੂੰ ਆਪਾਂ ਨਾ। ਚਲੋ ਆਓ ਜੀ ਕੱਢ ਲਿਆ ਮੋਟਰਸਾਈਕਲ ਬਾਹਰ, ਦੇਖੋ ਚਲੋ ਸ਼ੁਰੂ ਹੋਈਏ। ਜੀ ਮਾਰਤਾ ਹੋਇਆ ਕੱਪੜਾ ਨਾ ਮੋਟਰਸਾਈਕਲ 'ਤੇ ਆਪਾਂ, ਦੇਖੋ। ਅਤੇ ਅੱਜ ਵੀ ਲੱਗੇ ਮਿਸਤਰੀ, ਅੱਜ ਇਹ ਜਿਹੜਾ ਫਰਸ਼ ਪਾਇਆ ਉਹ ਜਿਹੜੇ ਖੱਡੇ ਜਿਹੇ ਰਹਿ ਗਏ ਭਰਨੇ, ਆਹ ਭਰਨੇ ਅੱਜ ਮਿਸਤਰੀ ਨੇ। ਅਤੇ ਆਪਣੀ ਮੋਟਰਸਾਈਕਲ ਜਿਹੜੀ, ਬਸ ਹੁਣ ਚੱਲੀਏ ਆਪਾਂ ਮਿਸਤਰੀ ਨੂੰ ਨਿਬੇੜਨ ਮੋੜ ਕੇ, ਪਹਿਲੇ ਚੱਲੀਏ ਆਪਾਂ ਨਾ। ਅਤੇ ਅਸੀਂ ਜਾਣਾ ਕਰਨਾਲ ਸਰਵਿਸ ਕਰਾਉਣ, ਅਤੇ ਆਹ ਦੇਖੋ ਡਿਸਟੈਂਸ ਆਹ ਸ਼ੋ ਕਰਦਾ ਪਿਆ, 1 hour 6 minutes 54 kilometers ਹੈ ਇੱਥੋਂ ਆਪਣੇ ਘਰ ਤੋਂ, 1 hour 16 minutes 61 kilometers ਹੈ ਨਾ। ਅਤੇ ਆਪਾਂ ਨਿਕਲੀਏ ਹੁਣ, ਟਾਈਮ ਵੀ ਹੋ ਗਿਆ, ਮਿਸਤਰੀ ਵੀ ਲੱਗੇ ਬਾਹਰ ਅਜੇ ਤਾਂ ਨਹੀਂ, 9:30 ਹੋ ਗਏ ਨੇ, 9:35 ਅਤੇ ਨਿਬੜ ਗਿਆ ਬਸ ਮਿਸਤਰੀਆਂ ਦਾ ਕੰਮ, ਅਤੇ ਨਿਕਲਦੇ ਹਾਂ ਆਪਾਂ ਥੋੜ੍ਹੀ ਦੇਰ 'ਚ। ਲਓ ਜੀ ਲਾ ਲਿਓ ਚਸ਼ਮੇ, ਹੈਲਮਟ ਹੁਲਮਟ ਲੈ ਲਿਆ ਆਪਣਾ, ਅਤੇ ਬਸ ਚੱਲੀਏ ਹੁਣ ਆਪਾਂ ਨਿਕਲ ਲੱਗੇ। ਲਓ ਜੀ ਮੰਮੀ ਹਰਾਂ ਨੂੰ ਕਰਿਆ ਜੀ ਆਪਾਂ ਡਰੋਪ, ਮਾਸੀ ਹਰਾਂ ਦੇ ਘਰ, ਅਤੇ ਆ ਗਏ ਆਪਾਂ ਕਰਨਾਲ, ਫਰੈਂਡ ਮੇਰਾ ਇੱਥੇ ਹੈ ਨਾ, ਅਤੇ ਉਹਨੂੰ ਨਾਲ ਲੈ ਕੇ ਚੱਲੀਏ ਆਪਾਂ ਯਾਮਾ ਦੇ ਸ਼ੋਰੂਮ, ਸਿੱਧਾ ਸਰਵਿਸ ਕਰਾਈਏ ਜਾ ਕੇ ਦੀ। ਅਤੇ ਹੁਣ ਡੀਕ ਨੇ ਪਿਆ, ਉਹਨੂੰ ਆਉਂਦਾ ਨਹੀਂ ਪਿਆ ਅਜੇ ਤੱਕ, ਅਤੇ ਡੀਕ ਲੈ ਕੇ ਉਹਨੂੰ ਚੱਲੀਏ ਨਾਲ ਆਪਾਂ, ਮਿਲਾਉਂਦੇ ਹਾਂ ਤੁਹਾਨੂੰ ਵੀ ਆਉਂਦਾ ਹੈਗਾ। ਦੇਖੋ ਜੀ ਕੌਣ ਆ ਗਿਆ, ਕਹਿੰਦੇ ਅਰੁਣ ਆ ਗਿਆ, ਅਰੁਣ ਇਹ ਆ ਜੀ ਆਪਣਾ ਫਰੈਂਡ ਜੀ। ਲੋ ਇਹ ਬਹੁਤ ਮੁਸ਼ਕਤ ਦੇ ਨਾਲ ਪਹੁੰਚ ਗਿਆ ਭਾਈ ਆਪਾਂ, ਕਦੀ ਇੱਧਰ ਵੜ ਕਦੀ ਉੱਧਰ ਵੜ, ਤੂੰ ਕਿੱਧਰ ਭੱਜਣਾ ਪਿਆ ਇੱਧਰ ਪੁੱਛੋ ਹਾਂ, ਕਿੰਨੀ ਦਿੱਕਤ ਹੋਈ ਸਾਨੂੰ ਆਉਣ ਤਾਂ ਨਹੀਂ ਇੱਥੇ ਹੋਰ। ਅਤੇ ਹੁਣ ਆਪਾਂ ਦੇਤੀ ਹੋਈ ਹੈ ਮੋਟਰਸਾਈਕਲ, ਅੰਦਰ ਲੱਗੀ ਆ ਦੁਕਾਨੇ, ਤੈਨੂੰ ਆ ਜਾਓ, ਬੜਾ ਔਖਾ ਲੱਭਿਆ ਰਾ, 2-3 ਵਾਰ ਯੂ ਟਰਨ ਕਰੀ ਪਿੱਛੇ ਨੂੰ ਜਾ ਕੇ ਦੀ ਗਾਂਹ ਨੂੰ, ਆ ਗੂਗਲ ਮੈਪਸ ਤੇ ਭਰੀਏ ਉਹ ਵੀ ਗਲਤ ਵਿਖਾਏ, ਤੇ ਆਈਫੋਨ ਦੇ ਮੈਪਸ ਤੇ ਓ ਭਾਈ ਮਾਰੋ ਮੁਝ ਮਾਰੋ ਮਾਰੋ ਮੁਝ ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ, ਇੱਕ ਸੈਕਿੰਡ ਯਾਰ ਮਜ਼ਾਕ ਹੋ ਰਿਹਾ, ਉਹ ਵੀ ਗਲਤ ਵਿਖਾਏ। ਫਿਰ ਹਾਰ ਗਏ, ਇਹਨਾਂ ਨੂੰ ਫੋਨ ਲਾ ਕੇ ਆਪਾਂ ਲੋਕੇਸ਼ਨ ਮੰਗਾਈ, ਫਿਰ ਪਹੁੰਚੇ ਆਪਾਂ ਇੱਥੇ, ਤੇ ਉਹ ਲੱਗੀ ਹੋਈ ਹੈ ਦੇਖੋ ਦਿਖਾਉਂਦੇ ਤੁਹਾਨੂੰ ਆਪਾਂ, ਦੇਖੋ ਆਹ ਲੱਗੇ ਹੋਏ ਭਾਅ ਜੀ ਕਰਨ ਸਰਵਿਸ ਆਪਣੀ, ਲਾਤੀ ਇੱਥੇ ਬਸ ਹੋ ਜਾਣੀ ਘੰਟੇ ਕੁ ਤਾਂ ਨਹੀਂ,
ਤੇ ਫਿਰ ਹਾਂ ਤੇ ਫਿਰ ਆਪਾਂ ਲਓ ਜੀ ਕਲਿੱਪ ਬਣਾਉਣੀ ਭੁੱਲ ਗਏ ਸੀ ਆਪਾਂ ਉੱਥੇ ਸ਼ੋਰੂਮ ਦੇ ਵਿੱਚ ਤੇ ਹੁਣ ਬਣਾਉਂਦੇ ਪਏ ਹਾਂ ਰਾਹ ਦੇ ਵਿੱਚ ਖਲੋ ਕੇ ਸਰਵਿਸ ਹੋ ਗਈ ਆਪਣੀ ਹੁਣ ਆਪਾਂ ਜਾਂਦੇ ਪਏ ਘਰਾਂ ਨੂੰ ਤੇ ਚਲੋ ਚੱਲੀਏ ਲਓ ਜੀ ਜਾਂਦੇ ਪਈ ਆਪਾਂ ਘਰਾਂ ਨੂੰ ਤੇ ਰੇੜੀ ਵਿਕੀ ਆਪਾਂ ਨੂੰ ਛੋਲੇ ਕੁਲਚੇ ਵਾਲੀ ਤੇ ਫਿਰ ਕਰਾ ਲਏ ਯਾਰ ਜੀ ਨੇ ਰੱਖ ਦੇ ਭਾਜੀ ਆ ਬੈਠੇ ਖਾਈਏ ਬੜੇ ਟਾਈਮ ਬਾਅਦ ਖਾਂਦੇ ਹਾਂ ਇਹਨਾਂ ਨੂੰ ਖਾ ਚੁੱਕੇ ਹਾਂ ਦੇਖੋ ਵਲੋਗ ਬਾਅਦ 'ਚ ਸ਼ੁਰੂ ਹੁੰਦਾ ਪਿਆ ਚੇਤਾ ਹੀ ਨਹੀਂ ਰਿਹਾ ਯਾਰ ਫਿਰ ਭੁੱਲ ਗਏ ਚਲੋ ਹੁਣ ਖਾ ਕੇ ਮਿਲਦੇ ਹਾਂ ਤੁਹਾਨੂੰ ਖਾ ਕੇ ਕੁਲਚੇ ਖਾ ਕੇ ਆ ਗਏ ਆਪਾਂ ਤੇ ਹੁਣ ਇੱਕ ਹੋਰ ਜਗ੍ਹਾ ਰੁਕੇ ਆਪਾਂ ਤੁਹਾਨੂੰ ਦੇਖੀ ਦੇਵਰ ਕੁਲਫੀ ਜਿਹਾ ਫਲੂਦਾ ਕਰਾਏ ਆਪਾਂ ਦੋ ਤੇ ਉਹ ਦੇਖੋ ਬੰਦੇ ਵੀ ਆਪਣੇ ਬਾਕੀ ਮਜ਼ਾ ਆ ਗਿਆ ਕੁਲਚੇ ਖਾ ਕੇ ਹੁਣ ਇਹ ਵੀ ਟੇਸਟ ਕਰੀਏ ਕਿੱਦਾਂ ਦੇ ਆ ਚਲੋ ਜੀ ਹੁਣ ਆਪਾਂ ਕਰੀਏ ਟੇਸਟ ਕੰਜ ਮੰਜਿਆ ਕਿੱਦਾਂ ਦਾ ਲੱਗਿਆ ਕਰੀਏ ਟੇਸਟ ਹੁਣ ਕਰ ਵੀ ਹੁਣ ਕਿੱਦਾਂ ਦਾ ਟੇਸਟ ਹੈ ਕਿੱਦਾਂ ਦਾ ਹੁਣ ਲਓ ਜੀ ਫਲੂਦਾ ਫਲਾਦਾ ਵੀ ਆਪਾਂ ਖਾ ਲਿਆ ਅਤੇ ਆਹ ਦੇਖ ਖੁਸ਼ੀ ਅਤੇ ਬਹੁਤ ਸਵਾਦ ਬੜੇ ਦਿਨਾਂ ਬਾਅਦ ਆਪਾਂ ਖਾਧਾ ਇੰਡੀਆ ਤੋਂ ਉੱਥੇ ਬਾਹਰ ਗੁੱਡੀ ਮਿਲਦੇ ਬੜੇ ਦਿਨਾਂ ਬਾਅਦ ਆਪਾਂ ਖਾਧੇ ਅਤੇ ਹੁਣ ਚਲੋ ਚੱਲੀਏ ਆਪਾਂ ਜੀ ਕੰਮ ਨਿਬੜ ਗਿਆ ਆਪਣਾ ਅਤੇ ਮੁੰਡੇ ਨੂੰ ਛੱਡੀ ਹੁਣ ਵਾਪਸ ਇੱਥੇ ਦੁਕਾਨ 'ਤੇ ਚੱਲ ਚੰਗਾ ਫਿਰ ਮਿਲਦੇ ਹਾਂ ਦੁਬਾਰਾ ਇੱਥੇ ਹੀ ਹੁਣ ਓਕੇ ਜੀ ਓਕੇ ਬਾਏ ਅਤੇ ਹੁਣ ਆਪਾਂ ਚੱਲੀਏ ਘਰ ਨੂੰ ਚਲੋ ਹੈ ਲਓ ਜੀ ਸਰਵਿਸ ਸੁਰਵਿਸ ਕਰਵਾ ਕੇ ਆਪਾਂ ਆ ਗਏ ਜੀ ਘਰ ਅਤੇ ਟਾਈਮ ਦੇਖੋ ਬਾਹਰ 5 ਵੱਜ ਗਏ ਅਤੇ ਸਰਵਿਸ ਕਰਾ ਕੇ ਆਪਾਂ ਆ ਗਏ ਸੀ ਅਤੇ ਮਾਸੀ ਦਾ ਘਰ ਆਏ ਹੈ ਨਾ ਅਤੇ ਆਪਾਂ ਬਾਜ਼ਾਰ ਵੀ ਹੋਏ ਹਾਂ ਸ਼ੋਪਿੰਗ ਸ਼ੁਪਿੰਗ ਕਰਨੀ ਸੀ ਉਹ ਮੈਂ ਵਲੋਗ ਨਹੀਂ ਬਣਾਇਆ ਅਤੇ ਉਹ ਵੀ ਕਰੇ ਆਏ ਆਪਾਂ ਇੱਧਰ ਲੱਗ ਰਿਹਾ ਤੜਕਾ ਛੜਕਾ ਡਿਨਰ ਕਰ ਲਿਆ ਆਪਾਂ ਕਰਕੇ ਅਤੇ ਆਪਾਂ ਆ ਗਏ ਬੈਡਰੂਮ ਦੇ ਵਿੱਚ ਲਓ ਜੀ ਰਾਤ ਦੇ ਵੱਜ ਗਏ ਆ 9 ਵੱਜ ਚੱਲੇ ਆ ਅਤੇ ਹੁਣ ਆਪਾਂ ਚੱਲੇ ਹਾਂ ਰਸ ਮਲਾਈ ਲੈਣ ਅਤੇ ਨਾਲ ਆਪਣੇ ਚੱਲਿਆ ਰਾਜਾ ਅਤੇ ਇੱਧਰ ਮਾਰੀਏ ਬੋਏ ਮੋਟਰਸਾਈਕਲ ਆਪਾਂ ਕੱਢ ਲਈ ਆ ਚਲੋ ਬਸ ਹੁਣ ਚੱਲੀਏ ਇਹਦੇ 'ਤੇ ਬਹਿਣਾ ਕਿਹੜਾ ਸੌਖਾ ਉੱਚੀ ਬਹੁਤ ਹੈ ਸਹੀ ਗੱਲ ਚੱਲ ਵੀ ਰਾਜੇ ਲਓ ਜੀ ਆ ਗਏ ਆਪਾਂ ਦੁਕਾਨ 'ਤੇ ਰਾਤ ਨੂੰ ਖਾਂਦੇ ਵੀ ਧੱਕੇ ਰਸ ਮਲਾਈ ਦੇ ਵਿੱਚ ਆ ਗਿਆ ਅਤੇ ਰਸ ਲਓ ਜੀ ਲੈ ਲਏ ਆਪਾਂ ਰਸਗੁੱਲੇ ਰਸ ਮਲਾਈ ਤਾਂ ਮਿਲੀ ਨਹੀਂ ਆਪਾਂ ਨੂੰ ਆਪਾਂ ਰਸਗੁੱਲੇ ਲੈ ਕੇ ਚੱਲੇ ਹਾਂ ਅਤੇ ਹੁਣ ਚੱਲੀਏ ਆਪਾਂ ਬੈਠੀਏ ਤੇ ਮਿੱਠੂ ਕੋਲੋਂ ਨਗਰ ਕੀਰਤਨ ਦੀ ਬੋਲ ਤੇ ਆ ਰਹੀ ਆ ਬ੍ਰੋ ਤੇ ਪਰਸੋਂ ਨਗਰ ਕੀਰਤਨ ਵੀ ਆ ਇੱਥੇ ਤਰਾਵੜੀ 'ਚ ਉਹ ਵੀ ਦੇਖੋ ਬੋਲ ਤੇ ਆ ਰਹੀ ਆ ਦੇਖਦੇ ਹਾਂ ਜੇ ਅਟੈਂਡ ਕਰ ਸਕਦੇ ਹੋ ਵੀ ਤੇ ਜ਼ਰੂਰ ਕਰਾਂਗੇ ਚਲੋ ਜੀ ਲਓ ਜੀ ਪਹੁੰਚ ਗਏ ਆਪਾਂ ਰਸਗੁੱਲੇ ਲੈ ਘਰ ਅਤੇ ਦੇਖੋ ਮੋਟਰਸਾਈਕਲ ਚਲਾਉਣ ਦਾ ਨਤੀਜਾ ਅਤੇ ਬਸ ਇਸ ਵਲੋਗ ਨੂੰ ਕਰੀਏ ਇੱਥੇ ਖਤਮ ਜੇ ਵਲੋਗ ਵਧੀਆ ਲੱਗਾ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਛੇਤੀ ਨੈਕਸਟ ਵਲੋਗ ਦੇ ਵਿੱਚ ਟਿਲ ਦੈਨ ਟੇਕ ਕੇਅਰ ਬਾਏ ਬਾਏ ਸਾਰਿਆਂ ਨੂੰ